ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੈਨੇਡਾ ਤੇ ਇੰਡੀਆ ਦੇ ਵਿਚਾਲੇ ਇੱਕ ਬਾਦ ਬੁਆ ਚੱਲ ਰਿਹਾ ਹਾਲਾਂਕਿ ਟੁੱਡੂ ਨੇ ਬਿਆਨ ਦਿੱਤਾ ਤਾਂ ਇਹ ਮਾਮਲਾ ਪੱਕਿਆ ਹੋਇਆ ਹੈ ਕਾਫੀ ਚਰਚਾਾਂ ਵਿੱਚ ਛਿੜੀਆਂ ਹੋਈਆਂ ਨੇ ਮੈਂ ਉਹਨਾਂ ਫੁਕਰਪੰਥੀ ਲੋਕਾਂ ਦੀ ਗੱਲ ਕਰਨੀ ਹੈ ਜਿਹੜੇ ਇੰਡੀਆ ਤੋਂ ਭਗੋੜੇ ਹੋਏ ਨੇ ਫੋਰਨ ਕੰਟਰੀਆਂ ਵਿੱਚ ਜਾ ਕੇ ਬਸ ਗਏ ਭਾਵੇਂ ਉਹ ਕੈਨੇਡਾ ਨੇ ਇੰਗਲੈਂਡ ਨੇ ਅਮਰੀਕਾ ਨੇ ਜਰਮਨੀ ਨੇ ਆਸਟ੍ਰੇਲੀਆ ਨੇ ਤੇ ਹੁਣੇ ਲੋਕ ਇੰਨੀ ਇੱਕ ਹਵਾ ਇਸ ਮੁੱਦੇ ਨੂੰ ਦੇ ਰਹੇ ਨੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਫੋਰਨ ਕੰਟਰੀਆਂ ਵਾਲੇ ਸਾਨੂੰ ਖਾਲਸਤਾਨ ਬਣਾਉਣ ਵਾਸਤੇ ਇੱਕ ਦੋ ਸਟੇਟਾਂ ਦੇ ਦੇਣਗੇ ਅਸੀਂ ਖਾਲਸਤਾਨ ਬਣਾ ਲਾਂਗੇ ਸਮਝਣ ਦੀ ਲੋੜ ਹੈ ਜਦੋਂ ਇੰਡੀਆ ਤੇ ਅੰਗਰੇਜ਼ਾਂ ਦਾ ਰਾਜ ਸੀ ਉਸ ਵਕਤ ਅੰਗਰੇਜ਼ਾਂ ਨੇ ਸਾਡੇ ਸਿੱਖ ਕੌਮ ਨੂੰ ਘਟੋਕੰਡ 5-6 ਧੜਾਂ ਵਿੱਚ ਵੰਡਿਆ ਤੇ ਫਿਰ ਆਪਣਾ ਉਲੂ ਸਿਧਾ ਕੀਤਾ ਰਾਜਨੀਤੀ ਦੇ ਵਿੱਚ ਇੱਥੇ ਰਾਜ ਕਰਕੇ ਗਏ ਹੁਣ ਵੀ ਇਹੀ ਮਸਲਾ ਹੈ ਜਿਹੜੇ ਫੋਰਨ ਕੰਟਰੀ ਵਿੱਚ ਬੈਠੇ ਝੰਡੇ ਲਹਿਰਾਏ ਜਾਂਦੇ ਨੇ ਖਾਲਸਾ ਦਾ ਨਾਅਰੇ ਲਾਈ ਜਾਂਦੇ ਨੇ ਤੇ ਜਾਂ ਦੋ ਦੋਨੋਂ ਸ਼ਾਬਾਸ਼ੇ ਦੇਈ ਜਾਂਦੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਹੱਕ ਵਿੱਚ ਖੜਨ ਦੀ ਕੋਸ਼ਿਸ਼ ਕਰਦੇ ਆ ਤੇ ਇੰਡੀਆ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਦੇ ਆ ਜਾਂ ਹਿੰਦੂਤਵੀ ਹਿੰਦੂ ਰਾਸ਼ਟਰ ਜਾਂ ਮੁਕਤਪੀਣੇ ਪਤਾ ਨਹੀਂ ਕਿੰਨੇ ਕਿ ਸ਼ਬਦ ਵਰਤੇ ਜਾਂਦੇ ਆ ਪਰ ਮੈਂ ਜਿਹੜੀ ਗੱਲ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਕਿ ਤੁਹਾਨੂੰ ਲੱਗਦਾ ਆਪਣੇ ਤੁਹਾਨੂੰ ਵਿਸ਼ਵਾਸ ਹੈ ਜਿਹੜੇ ਅੰਗਰੇਜ਼ ਇੰਡੀਆ ਤੇ ਰਾਜ ਕਰਕੇ ਗਏ ਨੇ ਉਹ ਤੁਹਾਨੂੰ ਆਪਣੇ ਮੁਲਕਾਂ ਦੇ ਵਿੱਚ ਰਾਜ ਕਰਨ ਵਾਸਤੇ ਖਾਲਤਾਨ ਵਾਸਤੇ ਥਾਂ ਦੇ ਦੇਣਗੇ ਤੁਹਾਨੂੰ ਯਕੀਨ ਹੈਗਾ ਪਰ ਨਹੀਂ ਅਸ਼ਟੇਬ ਸ਼ਰਮਾ ਜਿੱਥੋਂ ਸਾਨੂੰ ਬੁਰਕੀ ਪੈ ਗਏ ਉਹਨੇ ਕਾਸੀ ਗੱਲ ਕਰ ਦੇਣੀ ਹੈ ਇਹ ਕਦੇ ਵੀ ਭੁਲੇਖੇ ਵਿੱਚ ਨਾ ਰਿਓ ਕਿ ਜਿਹੜੇ ਦੇਸ਼ਾਂ ਵਿੱਚ ਜਾ ਕੇ ਅਸੀਂ ਬੈਠਿਆ ਉਹ ਦੇਸ਼ ਸਾਨੂੰ ਜੇ ਸਾਡੀ ਇੰਡੀਆ ਵਿੱਚ ਵਰਤ ਸਕਦੇ ਸੀ ਆਪਣੇ ਦੇਸ਼ਾਂ ਦੇ ਤੇ ਬਹੁਤ ਵਧੀਆ ਤਰੀਕੇ ਨਾਲ ਵਰਤਾਂਗੇ ਮਤਲਬ ਤੁਹਾਡੀ ਬੋਰਡ ਤੱਕ ਮਤਲਬ ਹੈ ਤੁਹਾਨੂੰ ਖੁਦਮੁਖਤਿਆਰੀ ਨਹੀਂ ਦੇਣੀ ਤੇ ਨਹੀਂ ਮਿਲੇਗੀ ਇੱਕ ਛੋਟੀ ਜਿਹੀ ਘਟਨਾ ਮੈਨੂੰ ਚੇਤੇ ਹੈ ਜਦੋਂ ਇੰਡੀਆ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ੀ ਹਕੂਮਤ ਸੀ ਉਦੋਂ ਉਹਨਾਂ ਨੇ ਪੰਜ ਸੱਤ ਬੰਦੇ ਖੜੇ ਕਰਨੇ ਲੈਂਡ ਦੇ ਵਿੱਚ ਪੁੱਛਣਾ ਕਿ ਤੂੰ ਰੋਟੀਆਂ ਕਿੰਨੀਆਂ ਖਾਣਾ ਹੈ ਜੇ ਕਿਸੇ ਨੇ ਕਹਿ ਦਿੱਤਾ ਕਿ ਮੈਂ ਦੋ ਰੋਟੀਆਂ ਖਾਣਾ ਤਾਂ ਉਹਨੂੰ ਕਹਿ ਦਿੱਤਾ ਕਿ ਤੂੰ ਠੀਕ ਹੈ ਤੂੰ ਆਪਣੇ ਘਰ ਜਾ ਆਪਣਾ ਕਾਰੋਬਾਰ ਕਾਰ ਕੰਮ ਧੰਦਾ ਕਰ ਜਿਹੜਾ ਕਹਿੰਦਾ ਕਿ ਮੈਂ 5-6 ਰੋਟੀਆਂ ਖਾਣਾ ਅੰਗਰੇਜ਼ ਕਹਿੰਦੇ ਹਾਂ ਤੇ ਗੋਲੀ ਮਾਰੋ ਇਹ ਦੋ ਬੰਦੇ ਨੇ ਰੋਟੀਆਂ ਕੱਲਾ ਖਾਂਦਾ ਇਸ ਚਾਹੀਓ ਉਸ ਵਕਤ ਦੀ ਉਦਾਹਰਨਾਂ ਨੇ ਦੂਜੇ ਪਾਸੇ ਜਦੋਂ ਸਾਡੇ ਕੌਮ ਦੇ ਵਿੱਚ ਉਹ ਸਿੱਖ ਕੌਮ ਦੇ ਵਿੱਚੋਂ ਅੰਗਰੇਜ਼ਾਂ ਕੋਲ ਗਏ ਮੁਖਬਰੀ ਕਰਨ ਵਾਸਤੇ ਉਹਨਾਂ ਅੰਗਰੇਜ਼ਾਂ ਨੇ ਯਕੀਨ ਨਹੀਂ ਕੀਤਾ ਉਹਨਾਂ ਨੇ ਸ਼ਰਿਆਮ ਗੋਲੀ ਮਾਰ ਕੇ ਉਹ ਬੰਦੇ ਮਾਰੇ ਕਹਿੰਦੇ ਜਿਹੜੇ ਆਪਣੀ ਕੌਮ ਦੇ ਨਹੀਂ ਬਣੇ ਉਹ ਸਾਡੇ ਕਿਵੇਂ ਬਣ ਜਾਣਗੇ ਇਹ ਸਚਾਈ ਸੀ ਉਸ ਵਕਤ ਦੀ ਤੇ ਹੁਣ ਸਾਨੂੰ ਕਿਤੇ ਇਹ ਲੱਗਦਾ ਵੀ ਅੰਗਰੇਜ਼ ਸਾਡੇ ਤੇ ਯਕੀਨ ਕਰਨਗੇ ਜਾਨੀ ਕਿ ਜਿਹੜਾ ਆਪਣੇ ਦੇਹਦਾਨੀ ਬਣ ਸਕਦਾ ਉਹ ਦੂਜੇ ਦਾ ਨਹੀਂ ਬਣ ਸਕਦਾ ਇਹ ਉਹ ਅੰਗਰੇਜ਼ਾਂ ਨੂੰ ਪਤਾ ਚੰਗੀ ਤਰ੍ਹਾਂ ਲਿਖੇ ਵਿੱਚ ਨਾ ਕਿਤੇ ਰਿਓ ਜਿਹੜੀਆਂ ਹੁਣ ਚਰਚਾਾਂਵਾਂ ਛੜੀਆਂ ਹੋਈਆਂ ਨੇ ਨਾ ਇੱਕ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਹਰ ਇੱਕ ਬੰਦਾ ਕਹਿੰਦਾ ਬਸ ਮੈਂ ਜੱਜ ਹਾਂ ਬਸ ਮੈਂ ਜੋ ਕੁਝ ਕਹਿ ਦਤਾ ਮੈਂ ਸਹੀ ਹਾਂ ਇਹ ਕਦੇ ਨਹੀਂ ਹੋ ਸਕਦਾ ਸੋਸ਼ਲ ਮੀਡੀਆ ਉਹ ਪਲੇਟਫਾਰਮ ਹੈ ਜਿੱਥੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਤੁਸੀਂ ਇਹ ਦਾਵਾ ਨਹੀਂ ਕਰ ਸਕਦੇ ਕਿ ਜੋ ਮੈਂ ਕਹਿ ਦਤਾ ਉਹ ਸਹੀ ਹੈ ਹੁਣ ਮੈਂ ਗੱਲ ਕਰ ਰਿਹਾ ਜ਼ਰੂਰੀ ਨਹੀਂ ਵੀ ਮੈਂ ਸਹੀ ਆ ਮੇਰੀ ਇੱਕ ਵਿਚਾਰਤਾ ਰਾਇ ਆਪਣੇ ਸੁਣਨ ਵਾਲੇ ਪਸੰਦ ਕਰਦੇ ਨੇ ਨਹੀਂ ਕਰਦੇ ਇਹ ਉਹਨਾਂ ਤੇ ਡਿਪੈਂਡ ਹੈ ਇਹੀ ਆਜ਼ਾਦੀ ਹੁੰਦੀ ਹੈ ਵਿਚਾਰ ਕਰਨ ਤੋਂ ਭਾਵ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੀਆਂ ਵਿਚਾਰਾਂ ਦੇ ਨਾਲ ਸਿੱਧੀ ਸਹਿਮਤ ਹੋ ਜਾਓ ਤੁਸੀਂ ਵਿਚਾਰ ਸੁਣਨੀ ਹੈ ਤੁਹਾਨੂੰ ਚੰਗੀ ਲੱਗੇ ਤੁਸੀਂ ਰੱਖ ਲਓ ਚੰਗੀ ਨਾ ਲੱਗੇ ਤੁਸੀਂ ਨਾ ਸੁਣੋ ਨਾ ਮੰਨੋ ਗੱਲ ਖਤਮ ਤੇ ਅਸੀਂ ਇਹ ਯਕੀਨ ਕਰਕੇ ਬੈਠੇ ਹਾਂ ਇਹ ਜੋ ਮੈਂ ਕਹਿ ਦਿੰਦਾ ਉਹ ਸੱਚ ਹੈ ਦੂਜੇ ਲੋਕ ਤਾਂ ਬੇਕੂਫ ਨੇ ਇਹ 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 ਲੱਗਦਾ ਸਾਨੂੰ ਜਿਵੇਂ ਜਿਹੜੇ ਬੰਦੇ ਨਾ ਕੱਟੜ ਪੰਥੀ ਨੇ ਸਿੱਖ ਕੌਮ ਦੇ ਵਿੱਚ ਉਹਨੂੰ ਇਹ ਲੱਗਦਾ ਕਿ ਮੇਰਾ ਅਮਰਸ਼ਕ ਹੈ ਮੈਂ ਕਿ ਸਤਾ ਰਹੀਆਂ ਮੈਂ ਬਾਣੀ ਪੜਦਾ ਬਸ ਕੇਵਲ ਮੈਂ ਹੀ ਬੰਦਾ ਹਾਂ ਮੈਂ ਹੀ ਇਨਸਾਨ ਹਾਂ ਜਿਹੜੇ ਦੂਜੇ ਕਲਿੰਸ਼ੇ ਫਿਰਦੇ ਨੇ ਉਹਨਾਂ ਨੂੰ ਇਹ ਸਮਝਦੇ ਨੇ ਕਿ ਇਹ ਤਾਂ ਕੀੜੇ ਮਕੌੜੇ ਆ ਇਹ ਤਾਂ ਬੰਦੇ ਹੀ ਹੈ ਨੇ ਇਦਾ ਮਤਲਬ ਇਹ ਨਹੀਂ ਹੈਗਾ ਕਿ ਜਿਹਨੇ ਅਮਰ ਛੱਕ ਲਿਆ ਉਹ ਬੰਦਾ ਹੈ ਦੂਜੇ ਬੇਕੂਪ ਨੇ ਦੂਜੇ ਬੰਦੇ ਨਹੀਂ ਇਹ ਇਹੀ ਪ੍ਰੋਬਲਮ ਸਾਨੂੰ ਖਤਰੇ ਵਿੱਚ ਪਾ ਰਹੀ ਹੈ ਹੁਣ ਜਿਹੜੇ ਬੰਦੇ ਗੁਰਦੁਆਰਿਆਂ ਵਿੱਚ ਕਬਜ਼ੇ ਕਰੀ ਬੈਠੇ ਨੇ ਉਹਨਾਂ ਦੀ ਮਰਜ਼ਾ ਕਿਤਾ ਕਿਸਮਤ ਹੈ ਜਿੰ ਤੱਕ ਉਹਨਾਂ ਨੇ ਗੁਰਦਾਰਾਂ ਤੇ ਕਬਜ਼ਾ ਕਰਨਾ ਹੈ ਗੁਰਦਾਰ ਦੀ ਕਮੇਟੀ ਵਿੱਚ ਨਹੀਂ ਜੀ ਸਾਨੂੰ ਬੰਦਾ ਅਮਰਧਾਰੀ ਚਾਹੀਦਾ ਹੈ ਹਾਲਾਂਕਿ ਮੈਂ ਸਹਿਮਤ ਹਾਂ ਜਿਹੜਾ ਪ੍ਰਬੰਧਕ ਹੈ ਉਹ ਅਮਰਧਾਰੀ ਹੋਵੇ ਪਰ ਉਥੇ ਤੱਕ ਸੀਮਤਾ ਕਿ ਕਮੇਟੀ ਵਿੱਚ ਬੰਦਾ ਲਵਾਂਗੇ ਅਮਰਦਾਰੀ ਹੋਵੇ ਉਦੋਂ ਮਰਜ਼ਾ ਦਾ ਹੈ ਤੇ ਜਦੋਂ ਇੰਟਰਫੀਅਰ ਕਰਨਾ ਵਿੱਚ ਉਦੋਂ ਕਹਣਗੇ ਨਹੀਂ ਤੂੰ ਕਲੀਨ ਸ਼ੇਫ ਹੈ ਉਦੋਂ ਕਲੀਨ ਸ਼ੇਫ ਕਹੇ ਕਿ ਉਹਨੂੰ ਕਮੇਟੀ ਵਿੱਚ ਨਹੀਂ ਲਿਆ ਜਾਂਦਾ ਤੇ ਉਹਦੇ ਤੇ ਇਤਰਾਜ਼ ਵੀ ਕੀਤਾ ਜਾਂਦਾ ਪਰ ਜਦੋਂ ਗੋਲਕ ਦੇ ਵਿੱਚ ਪੈਸੇ ਪੈਂਦੇ ਆ ਉਦੋਂ 10 ਬੰਦੇ ਅਮਰਦਾਰੀ ਹੁੰਦੇ ਆ 90 ਬੰਦੇ ਉਹ ਜਿਹੜੇ ਕਲੀਨ ਸ਼ੇਫ ਹੈ ਫਿਰ ਉਹਨੇ ਪੈਸੇ ਵੀ ਨਾ ਪਾਓ ਗੋਲਕ ਵਿੱਚ ਉਹ ਵੀ ਮਰਿਆਵਾ ਵਿੱਚ ਨਹੀਂ ਆਉਂਦੇ ਜਾਨੀ ਕਿ ਕਬਜ਼ਾ ਕਰਨ ਵਾਲੇ ਦੇ ਸਾਨੂੰ ਮਰਿਆੜਾ ਵਾਲੇ ਬੰਦੇ ਚਾਹੁੰਦੇ ਆ ਜਦੋਂ ਗਰਾਈਆਂ ਕਰ ਰਹੀਆਂ ਉਹਦੇ ਜੋ ਮਰਜ਼ੀ ਹੋਵੇ ਉਹਦੇ ਪਰ ਮੜੜਕੀਆਂ ਦਾ ਹਿੱਸਾ ਪਵਾ ਲੋ ਕਿਤੇ ਮਰਜ਼ੀ ਪਵਾ ਲੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜੀ ਅਸੀਂ ਇਹ ਚਰਚਾ ਛੇੜੀ ਹੋਈ ਹੈ ਟੁੱਟੋ ਤੇ ਟੁੱਟੋ ਜਿਹੜਾ ਬਿਆਨ ਦਿੰਦਾ ਹੈ ਇੰਡੀਆ ਤੇ ਇਲਜ਼ਾਮ ਲਾਏ ਨੇ ਉਹ ਸਰਕਾਰਾਂ ਦੀਆਂ ਗੱਲਾਂ ਬਾਤਾਂ ਨੇ ਹੁੰਦੀਆਂ ਰਹਿਣੀਆਂ ਆਮ ਲੋਕਾਂ ਨੂੰ ਸੋਚਣ ਦੀ ਲੋੜ ਹੈ ਇਹ ਭਲੇਖੇ ਵਿੱਚ ਨਾ ਰਿਓ ਤੇ ਅੰਗਰੇਜ਼ ਸਾਡੇ ਹੱਕ ਵਿੱਚ ਖੜ੍ਹ ਜਾਣਗੇ ਜਿਹੜੇ ਇੰਡੀਆ ਤੇ ਰਾਜ ਕਰਕੇ ਗਏ ਨੇ ਨਾ ਉਹ ਤੁਹਾਨੂੰ ਆਪਣੇ ਮੁਲਕਾਂ ਵਿੱਚ ਕਦੇ ਰਾਜ ਕਰਨ ਨਹੀਂ ਦੇਣਗੇ ਇਹ ਬੇਨਤੀ ਪ੍ਰਵਾਨ ਕਰਿਓ ਸੋਚਿਓ ਸਮਝਿਓ ਤੇ ਅਸੀਂ ਆਪਣੇ ਆਪ ਨੂੰ ਕਿੱਥੇ ਇੱਕ ਖੜੇ ਕਰਕੇ ਵੇਖਣਾ ਹੈ ਇਹ ਜ਼ਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ